जानते हैं। आसिफ किथे रहना है? मैं आकमटाउन च रहता हूं। आकमटाउन? हां आकमटाउन जी। ए किथे आंदा आकमटाउन? आकमटाउन बागड़ी जो। बागड़ी है जी। अच्छा तेरे वालद है गे? जी मेरे वालद साहब जर सके थे और फोत होए ने ते यार मतरे है मेरे वालदा दूजी शादी की थी। अच्छा जी। ते ओ की करदे? जी ओ गार्डन ड्यूटी करदा। गार्डन दी ड्यूटी करदा है। ते तू किन्नी उम्र है तेरी? मेरी 16 साल उम्र। 16 साल उम्र है। सही है। की करदा रे? पढ़या कदी? नहीं पहले दूसरी जोन लगया सी छाड़ता सी। पहले पढ़ता सी छोटे होंदे। छोटे वाल साहब फोत हो गए। वाल साहब ने पहले वालदा नु छाड़ता सी फिर वाल साहब फोत हो गए सी ते फिर छाड़ता सी स्कूल। फिर स्कूल छाड़ता? ठीक है। फिर की कीता तू अपनी जिंदगी च? फिर वालदा कोठे ही काम करदे फिर मतलब हौली हौली वड्डे 12 13 साल तो होए ते फिर फ्रिज वाली दुकान ते काम करदा रहा। अच्छा फ्रिज? ठीक है। फ्रिजां मतलब काम गुम फिर ना कोरोना च फिर छुट गया सी। अच्छा फ्रिजां दा काम ते फिर मामू मतलब के सानू क्या सी कोरोना वे कारोबार कोई नहीं सी फिर ते मामू ने क्या फिर आपा ना मामू पहले चोरी मामू केड़ा हाल है मामू ओ जेड़ा छटता सी अम्मी ने तेरी अम्मी दा भरा है सगा? जी जी। अच्छा 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 सगा भरा है। ठीक है। मामा तो एको ही है ना? अब्बू फोत होए? अब्बू के जी वाला साहब फोत होए ना? अच्छा 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 मामा ठीक है सगा मामा है तेरा? जी जी। फिर मामू ने की किया? मामू ने क्या फिर साढ़े ना चोरियाँ मतलब करया करो ते असी क्या पहले क्या नहीं उन्हें क्या असी क्या पुलिस ने फल लिया तो पुलिस की केस बहुत भैड़ा है तो मामू ने मारता वगैरह सी मतलब के खुड़ता वगैरह नहीं तो साढ़े नाल मतलब के करया करो असी एक दो बारी मन फिर लालची बेच असी आके मामू ने वारदाता कीतियां ने। नहीं होर कोई काम नहीं मिलता सी करन दा? नहीं वो काम करदे दो तीन महीने दे पहले असी करदे खोकर चौक फिर मैं एक दो बजे टायल ते कीता सी टायल बदनी मतलब के एक बगैर हो गया सी। ठीक है। ए किन्ने देर पुरानी गल है जी? ਕਿਤੇ ਕੰਮ ਤੇ ਨਹੀਂ ਹੈ ਮਾਮੂ ਨਾਲ ਜਦੋਂ ਐ ਕਿਤੇ ਮੈਂ 3 ਕੁ ਮਹੀਨੇ ਦੀ ਗੱਲ ਹੋਇਆ 3 ਮਹੀਨੇ ਜੀ ਜੀ ਅੱਛਾ ਫਿਰ ਮਾਮੇ ਨੇ ਕੀ ਕਿਹਾ ਚੋਰੀਆਂ ਕਰ ਜੀ ਮਾਮੂ ਨੇ ਕਿਹਾ ਮੈਂ ਸਾਡੇ ਨਾਲ ਆਇਆ ਸਾਡੀ ਪਹਿਲੇ ਗੈਂਗ ਆਇਆ ਤਾਂ ਮਾਮੂ ਨੇ ਕਿਹਾ ਤੁਸੀਂ ਸਾਡੇ ਨਾਲ ਆਇਆ ਪਹਿਲੇ ਅਸੀਂ ਮਾਮੂ ਨੇ ਕਿਹਾ ਮਾਮੂ ਨਹੀਂ ਤੇ ਮਾਮੂ ਨੇ ਕਿਹਾ ਕੋਈ ਨਹੀਂ ਗੱਲ ਆਈ ਉਹ ਮਤਲਬ ਲਾਲ ਜੀ ਫਿਰ ਬੁਲੀ ਕੀ ਕੀ ਲਾਲਚ ਕੀ ਦਿੱਤੀ ਉਹ ਮਾਮੂ ਨੇ ਕਿਹਾ ਉਹ ਪੈਸੇ ਵਗੈਰ ਦਿੰਦੇ ਆਵਾਂਗਾ ਮੋਬਾਈਲ ਤੁਹਾਡੇ ਕੋਲ ਆਪਣੇ ਹੁੰਦੇ ਮਤਲਬ ਕਿ ਮਤਲਬ ਅਮੀਰ ਹੋ ਜਾਓਗੇ ਮਤਲਬ ਮਾਮੂ ਨੇ ਅੱਛਾ ਅਮੀਰ ਹੋਣਾ ਹੈ ਅੱਛਾ ਫਿਰ ਤੇ ਫਿਰ ਮਾਮੂ ਨੇ ਕਿਹਾ ਮਤਲਬ ਕਿ ਫਿਰ ਮਾਮੂ ਨਾਲ ਸ਼ਾਮਿਲ ਹੋ ਗਏ ਅਸੀਂ ਵੀ ਹੋ ਗਏ ਪਹਿਲੀ ਵਾਰਦਾਤ ਕਹਿੰਦੇ ਪਹਿਲੀ ਮਤਲਬ ਕਿ ਆਪਣਾ ਕੀਤੀ ਖਾਕਸ਼ਾ ਦਰਬਾਰ ਦੇ ਕੋਲ ਕਿਹਦੇ ਖਾਕਸ਼ਾ ਦਰਬਾਰ ਦੇ ਕੋਲ ਉਹ ਕਿੱਥੇ ਹੈ ਆਪਣਾ ਬਾਗਣੀ ਜੋ ਅੱਛਾ ਉਹ ਕਹਿੰਦ ਕੀਤੀ ਉਹ ਕੀਤੀ ਮਤਲਬ ਮਾਮੂ ਨੇ ਕਿਹਾ ਉਹ ਤੁਹਾਨੂੰ ਦੱਸਣਾ ਵਾਰਦਾਤ ਕਿੰਜ ਕਰੀ ਦੀ ਅੱਛਾ ਸੁਗਾਨ ਲੈ ਗਈ ਜੀ ਜੀ ਮਾਮੂ ਪੂਰਾ ਟੀਚਰ ਹੈ ਤੁਹਾਡਾ ਮਾਮਾ ਜੀ ਜੀ ਮਾਮੂ ਨੇ ਦੱਸਿਆ ਫਿਰ ਮਾਮੂ ਨੇ ਮਤਲਬ ਕਾਸੀ ਤਿੰਨੇ ਜਿਹਨੇ ਵਿੱਚ ਸਾਈਡ ਤੇ ਹੋਏ ਫਿਰ ਮਾਮੂ ਨੇ ਕਿਹਾ ਮਾਮੂ ਨੇ ਮੁੰਡੇ ਹੋਰ ਸੀ ਮਾਮੂ ਨੇ ਫਿਰ ਕਿਹਾ ਇੰਜ ਇੰਜ ਫਿਰ ਮਾਮੂ ਨੇ ਟੱਕਿਆ ਉਹਨੂੰ ਤੇ ਮਤਲਬ ਕਹਿੰਦਾ ਮੋਟਰਸਾਈਕਲ ਖੋਈਏ ਮੋਬਾਈਲ ਖੋਇਆ ਪੈਸੇ ਖੋਏ ਨੇ ਮਾਮੂ ਨੇ ਦੇਖੋ ਤੇ ਫਿਰ ਅਗਲੀ ਵਾਰੀ ਜਿੱਦ ਕੀਤੀ ਤੇ ਫਿਰ ਮਾਮੂ ਨੇ ਮਤਲਬ ਸਾਨੂੰ ਮਾਰ ਸੀ ਫਿਰ ਮਾਮੂ ਨਾਲ ਮਿਲ ਕੇ ਕੀਤੀ ਹੈ ਅਗਲੀ ਕਿੱਥੇ ਕੀਤੀ ਅਗਲੀ ਕੀਤੀ ਅਸੀਂ ਆਪਣਾ ਆਪਣਾ ਬਾਗੜੀ ਚੌਕਲ ਸਾਈਡ ਤੇ ਚਾਂਦ ਬਾਰੀ ਅੱਛਾ ਉਹ ਕਿ ਕੌਣ ਸੀ ਬੰਦਾ ਸੀ ਫਿਰ ਆ ਗਏ ਜੀ ਸਰ ਜੀ ਉਹ ਕਿਹਦੇ ਤੇ ਜਾ ਰਿਹਾ ਸੀ ਉਹ ਸਾਰੀ ਤਫਸੀਲ ਦੱਸ ਜੀ ਸਰ ਜੀ ਕਿੰਨੀ ਕੀਤੀ ਵਾਰ ਦਾ ਉਹ ਸਰ ਜੀ ਯੂਨਾਈਟਿੰਗ ਮੋਟਰਸਾਂ ਦੇ ਜਾ ਰਹੇ ਸੀ ਬਾਈਕ ਤੇ ਅੱਛਾ ਕੱਲਾ ਹੀ ਜੀ ਕੱਲਾ ਜੀ ਕਿੰਨੀ ਉਮਰ ਸੀ ਉਹਨੇ ਕਿ ਤੇਰੇ ਕੋਲ ਗਿਆ ਸੀ ਮਤਲਬ ਕਿ 22-23 ਸਾਲ ਮਤਲਬ ਮੁੰਡਾ ਸੀ ਠੀਕ ਹੈ ਉਹ ਕੱਲਾ ਸੀ ਜੀ ਕੱਲਾ ਸੀ ਹੁਣ ਰੋਕ ਲਿਆ ਅੱਗੇ ਉਹਨੂੰ ਰੋਕ ਲਿਆ ਮਾਮੂ ਨੂੰ ਮਤਲਬ ਕਾਸੀ ਇਹਨਾਂ ਨੂੰ ਰੋਕ ਲਿਆ ਉਹਨੂੰ ਫਿਰ ਮਾਮੂ ਨੂੰ ਕਿਹਾ ਜੋ ਹੈ ਕਾਰਡ ਤੇ ਫਿਰ ਮਾਮੂ ਨੂੰ ਮਤਲਬ ਕੋਈ ਸ਼ਾ ਮਤਲਬ ਕਿ ਡਰਾਵਰ ਦਿੱਤਾ ਮਤਲਬ ਬਾਈਕ ਖੋਲੀ ਪੈਸੇ ਵਗੈਰਾ ਮੋਬਾਈਲ ਵਗੈਰਾ ਖੋ ਕੇ ਤੇ ਅਸੀਂ ਫਰਾਰ ਹੋ ਗਏ ਉੱਚੀ ਬੋਲਣਾ ਹੈ ਤੇ ਇਹ ਅੰਦਰੋਂ ਐਡੀ ਤੇਜ਼ ਕਿਉਂ ਬੋਲ ਰਹੇ ਹਾਂ ਸਮਝ ਨਹੀਂ ਆ ਰਹੀ ਮਾਮੂ ਨੇ ਰੋਕਿਆ ਫਿਰ ਉਹਨੇ ਕੀ ਕਿਹਾ ਮਾਮੂ ਨੇ ਰੋਕਿਆ ਮਾਮੂ ਨੇ ਕਿਹਾ ਮਤਲਬ ਪਿਸਟਲ ਦਿਖਾ ਤੂੰ ਕੀ ਕਿਹਾ ਫਿਰ ਮੈਂ ਅਸੀਂ ਨਹੀਂ ਅਸੀਂ ਮਤਲਬ ਕੋਲ ਘੇਰਾ ਪਾ ਲਿਆ ਸੀ ਮਾਮੂ ਨੇ ਬਾਕੀ ਗੱਲਬਾਤ ਮਾਮੂ ਨੇ ਕੀਤੀ ਸਾਨੂੰ ਮਤਲਬ ਕਿ ਜੋ ਵੀ ਹੈ ਕਰ ਠੀਕ ਹੈ ਉਹਦੇ ਕੋਲ ਕੀ ਖੋਇਆ ਹੁਣ ਤੇ ਮੋਬਾਈਲ ਖੋਇਆ ਸੀ ਪੈਸੇ ਮਤਲਬ ਕਿ ਆਏ 2-3 ਹਜ਼ਾਰ ਤੇ ਮੋਟਰਸਾਈਕਲ ਖੋਈ ਸੀ ਮੋਟਰਸਾਈਕਲ ਵੀ ਖੋਇਆ ਜੀ ਵੈਰੀ ਗੁੱਡ ਫਿਰ ਫਿਰ ਆਪਣਾ ਮਤਲਬ ਕਿ ਅਸੀਂ ਗਏ ਚਲੇ ਸੀ ਮਤਲਬ ਕਿ ਘਰ ਗਏ ਚਲੇ ਸੀ ਫਿਰ ਸਵੇਰ ਕਬਾੜੀਆਂ ਮਤਲਬ ਦੋ ਮੋਟਰਸਾਈਕਲ ਕਬਾੜੀ ਕੋ ਬਰਾਮਦ ਹੋਈਆਂ ਸਾਡੀਆਂ ਹਾਂ ਇਹ ਉੱਥੇ ਨਹੀਂ ਆਣਾ ਅੱਛਾ ਅੱਛੀ ਠੀਕ ਹੈ ਦੋ ਵਾਰਦਾਤਾਂ ਹੋ ਗਈਆਂ ਇੱਕ ਮਾਮੂ ਨੇ ਵਿਖਾਈ ਕੈਂਜ ਕਰੀ ਦੀ ਦੂਸਰੀ ਮਿਲ ਕੇ ਮਾਮੂ ਨਾਲ ਕੀਤੀ ਫਿਰ ਅੱਗੇ ਕੀ ਕੀਤਾ ਫਿਰ ਆਪਣਾ ਇੱਥੇ ਕੀਤੀ ਮਤਲਬ ਠੋਕਰ ਤੇ ਮਤਲਬ ਹੁੰਡਾ ਹੋਇਆ ਸੀ ਉਹ ਕੈਂਜ ਖੋਇਆ ਸੋ ਵੀ ਮਤਲਬ ਕਿ ਮਿਲ ਕੇ ਖੋਇਆ ਮਤਲਬ ਪੋਸਟੋਲ ਦਾ ਉਹਦੇ ਤੋਂ ਪਹਿਲੇ ਟ੍ਰੇਨਿੰਗ ਦਿੰਦਾ ਸੀ ਮਾਮਾ ਜੀ ਜੀ ਮਤਲਬ ਕੀ ਕੈਂਜ ਵਾਰਦਾਤ ਕਰਨੀ ਹੈ ਜੀ ਉਹ ਦੱਸੋ ਕੀ ਟ੍ਰੇਨਿੰਗ ਦਿੰਦਾ ਮਤਲਬ ਕਿ ਟ੍ਰੇਨਿੰਗ ਹੈ ਦਿੰਦੇ ਨਹੀਂ ਮਤਲਬ ਕਿ ਡਰਨਾ ਨਹੀਂ ਮਤਲਬ ਕਿ ਕੋਈ ਵੀ ਮਤਲਬ ਪੁਲਿਸ ਵਾਲਾ ਆ ਨਹੀਂ ਨਹੀਂ ਡਰਨਾ ਕਿਉਂ ਐਡਾ ਅੱਛਾ ਕੰਮ ਕਰ ਰਹੇ ਹੋ ਮਿਹਨਤ ਮਜ਼ਦੂਰੀ ਕਰ ਰਹੇ ਹੋ ਡਰਨਾ ਕਿਉਂ ਹੈ ਤੁਸੀਂ ਮਾਮੂ ਦੱਸਦਾ ਸੀ ਬਹੁਤ ਮਤਲਬ ਕਿ ਮਾਮੂ ਨੂੰ ਕਹਿੰਦੇ ਮਾਮੂ ਪੁਲਿਸ ਦਾ ਕੇਸ ਬਹੁਤ ਭੈੜਾ ਹੈ ਤੇ ਮਾਮੂ ਕਹਿੰਦਾ ਨਹੀਂ ਮੈਂ ਜੂ ਆਇਆ ਤਾਂ ਮਤਲਬ ਕਿ ਮੈਂ ਆਪੇ ਕਰ ਲਾਂਗਾ ਮੇਰਾ ਆ ਵਾਕ ਪੁਲਿਸ ਵਾਲਾ ਅੱਛਾ ਪੁਲਿਸ ਵਾਲੇ ਵੀ ਵਾਕਫ ਹੈ ਮਾਮੇ ਦੇ ਨਹੀਂ ਸਰ ਜੀ ਮਤਲਬ ਵੈਸੇ ਮਤਲਬ ਮਾਸੀ ਡਰਦੇ ਮਾਰ ਜੀ ਕਹਿੰਦੇ ਸੀ ਤੁਮੇ ਜੀ ਕਹਿੰਦੇ ਉਹ ਤਸੱਲੀ ਦਿੰਦਾ ਸੀ ਜੀ ਤਸੱਲੀ ਦਿੰਦਾ ਸੀ ਸਰ ਜੀ ਅੱਛਾ ਤੇ ਫਿਰ ਮਾਮੂ ਫਿਰ ਸਾਨੂੰ ਕਹਿੰਦਾ ਫਿਰ ਅਸੀਂ ਫਿਰ ਮਾਮੂ ਨੂੰ ਵਾਰਦਾਤ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨਹੀਂ ਉਹ ਤੇ ਹੋ ਗਈਆਂ ਸ਼ੁਰੂ ਫਿਰ ਠੋਕਰ ਤੇ ਕੰਜ ਵਾਰਦਾਤ ਫਿਰ ਠੋਕਰ ਤੂੰ ਆਪਣੀ ਵਾਰਦਾਤ ਦੱਸ ਹੁਣ ਜੀ ਸਰ ਜੀ ਮੈਂ ਆਪਣੀ ਫਿਰ ਠੋਕਰ ਤੇ ਮਤਲਬ ਤਿੰਨੇ ਜਿਹਨੇ ਸੀ ਚਾਰੇ ਜਿਹਨੇ ਸੀ ਅਸੀਂ ਚਾਰ ਜਿਹਨੇ ਫਿਰ ਅਸੀਂ ਮਤਲਬ ਪਿਸਤਲ ਦਾ ਬਗਾਇਆ ਦਿਖਾਇਆ ਜਦੋਂ ਹੁੰਟਾ ਖੋਇਆ ਸੀ ਤੇ ਮਤਲਬ ਮੋਬਾਈਲ ਵਗੈਰਾ ਪੈਸੇ ਖੋਏ ਸੀ ਤੇ ਫਿਰ ਅਸੀਂ ਕਿੱਥੇ
ਠੋਕਰ ਤੇ ਕਹਿੰਜ ਉਹ ਕਹਿੰਜ ਵਾਰਦਾਤ ਕੀਤੀ ਮਤਲਬ ਕਿ ਪਿਸਤੌਲ ਦਿਖਾਇਆ ਸਾਨੂੰ ਕਿਹਦੇ ਤੇ ਗਏ ਇੱਥੋਂ ਆ ਇੱਥੋਂ ਸਰ ਜੀ ਮੋਟਰਸਾਈਕਲ ਤੇ ਗਏ ਸੀ ਕਿਹੜੇ ਇੱਕੋ ਹੀ ਮੋਟਰਸਾਈਕਲ ਤੇ ਜੀ ਅਸੀਂ ਚਾਰ ਜਣੇ ਇੱਕੋ ਮੋਟਰਸਾਈਕਲ ਚਾਰ ਜਣੇ ਕੌਣ ਚਲਾ ਰਿਹਾ ਸੀ ਮਾਮੂ ਚਲਾ ਰਹੇ ਸੀ ਠੀਕ ਹੈ ਤੁਸੀਂ ਪਿੱਛੇ ਬੈਠੇ ਜੀ ਜੀ ਫਿਰ ਤੂੰ ਪਿਸਤੌਲ ਦਾ ਚੈਂਬਰ ਮਾਰਿਆ ਨਹੀਂ ਸਰ ਜੀ ਮਾਮੂ ਮਾਰਦਾ ਮਤਲਬ ਪਿਸਤੌਲ ਵਗੈਰਾ ਮਾਮੂ ਕੋਲ ਹੀ ਹੁੰਦਾ ਤੇ ਮਤਲਬ ਮਾਮੂ ਦਿਖਾਉਂਦਾ ਸਾਨੂੰ ਸੀ ਤੇ ਮਤਲਬ ਇੱਕ ਦੋ ਵਾਰੀ ਫੜਿਆ ਮੈਂ ਬਾਕੀ ਪਿਸਤੌਲ ਵਗੈਰਾ ਮਾਮੂ ਕੋਲ ਹੁੰਦੇ ਨੇ ਤੇ ਆਪਣਾ ਆਪਾਂ ਉਹਨਾਂ ਕੋਲ ਹੋਂਡਾ ਖੋਇਆ ਸੀ ਮੈਂ ਅਸੀਂ 70 ਤੇ ਆ ਗਏ ਜਿਹਨੇ ਮਾਮੂ ਹੋਂਡਾ ਲੈ ਕੇ ਗਿਆ ਜਲਾ ਸੀ ਮਾਮੂ ਹੋਂਡਾ ਲੈ ਕੇ ਚਲਾ ਗਿਆ ਜੀ ਜੀ ਤੇ ਤੂੰ 70 ਤੇ ਤੁਸੀਂ ਤਿੰਨੋਂ ਵਾਪਸ ਆ ਗਏ ਜੀ ਘਰ ਆ ਗਏ ਸੀ ਕਿੰਨੇ ਪੈਸੇ ਲਿੱਤੇ ਉਹਦੇ ਕੋਲੋਂ ਸਰ ਜੀ ਆਪਾਂ ਨੇ ਦਿੱਤਾ ਸੀ 1000-1500 ਰੁਪਏ ਦਿੱਤਾ ਸੀ ਮਤਲਬ 1000-1000 ਰੁਪਏ ਸਾਨੂੰ ਦਿੱਤਾ ਸੀ ਮਤਲਬ ਇੰਨਾ ਕੋ ਵਾਰਦਾਤ ਨਾਲ 1000-1000 ਦਿੰਦਾ ਸੀ ਬਾਕੀ ਆਪ ਰੱਖ ਲੈਂਦਾ ਜੀ ਬਾਕੀ ਆਪ ਜ਼ਿਆਦਾ ਠੀਕ ਹੈ ਕੱਲੇ ਵਾਰਦਾਤ ਕਦੋਂ ਕੀਤੀ ਮਾਮੇ ਸਰ ਜੀ ਕੱਲੇ ਨਹੀਂ ਕੀਤੀ ਕਦੀ ਹਾਂ ਇਹ ਤੱਕ ਨਹੀਂ ਕੀਤੀ ਸੀ ਨਹੀਂ ਤੱਕ ਨਹੀਂ ਗੱਡੀ ਦੇ ਵਿੱਚੋਂ ਚੋਰੀਆਂ ਵੀ ਕਰਦੇ ਸੀ ਤੂੰ ਮੋਬਾਈਲ ਫੋਨ ਉਹ ਕੌਣ ਕਰਦਾ ਸੀ ਗੱਡੀ ਦੇ ਵਿੱਚੋਂ ਜੀ ਸਰ ਜੀ ਉਹ ਵੀ ਅਸੀਂ ਕੀਤੀ ਮਤਲਬ ਗੱਡੀ ਮਾਮੇ ਦੇ ਨਾਲ ਕਿ ਮਾਮੇ ਤੋਂ ਮਾਮੇ ਦੇ ਨਾਲ ਮਾਮੇ ਨਾਲ ਮਾਮੇ ਦੇ ਨਾਲ ਜੀ ਤੇ ਕੀ ਕੈਸਾ ਲੱਗ ਗਿਆ ਵਾਰਦਾਤਾਂ ਕਰਕੇ ਅਮੀਰ ਬਣ ਗਏ ਨਹੀਂ ਸਰ ਜੀ ਬਸ ਅੱਲਾ ਤੋਂ ਤੌਬਾ ਮਕਰ ਯਾਸ਼ੀ ਕੀਤੀ ਵਾਰਦਾਤਾਂ ਕਰਕੇ ਕਰਦੇ ਕੀ ਸੀ 1500-2000 ਜੀ ਬਸ ਇਹੋ ਮਤਲਬ ਕਿ ਸ਼ਾਹੀ ਕੇ ਲੈ ਗਏ ਚਲੇ ਮਤਲਬ ਪੁਰਾਣੇ ਪਾਕਿਸਤਾਨ ਤੇ ਮਤਲਬ ਖਾ ਪੀ ਲਿਆ ਮਤਲਬ ਯਾਹੀ ਬਾਤ ਕਰਦੇ ਅੱਛਾ ਲੋਕਾਂ ਦੇ ਲੁੱਟੇ ਪੈਸੇ ਨਾਲ ਯਾਸ਼ੀ ਕਰਦੇ ਸੀ ਮਜ਼ੇ ਕਰਦੇ ਗੋਲ ਗੱਪੇ ਵੀ ਖਾਂਦਾ ਸੀ ਨਹੀਂ ਸਰ ਜੀ ਗੋਲ ਕੀ ਖਾਂਦਾ ਸੀ ਡਕੈਤੀ ਦੀ ਵਾਰਦਾਤਾਂ ਨਾਲ ਮਤਲਬ ਸਟਿੰਗ ਬੋਤਲ ਪੀਂਦੇ ਸੀ ਅੱਛਾ ਆਪਣਾ ਬਰਗਰ ਖਾਂਦੇ ਸੀ ਤੇ ਸ਼ਵਾਰਮਾ ਵਗੈਰਾ ਜੀ ਮਜ਼ਾ ਆਂਦਾ ਸੀ ਸ਼ਵਾਰਮਾ ਖਾਂਦੇ ਜੀ ਸਰ ਜੀ ਆਂਦਾ ਆਂਦਾ ਸੀ ਜੀ ਜੀ ਤੇ ਹੁਣ ਮਜ਼ਾ ਆ ਰਿਹਾ ਨਹੀਂ ਹੁਣ ਵੀ ਬਹੁਤ ਮਜ਼ੇ ਆਣੇ ਤੁਹਾਨੂੰ ਅੱਛਾ ਤੇਰਾ ਕੀ ਨਾਮ ਹੈ ਮੇਰਾ ਨਾਮ ਕਾਸਮ ਸਰ ਕਾਸਮ ਕਾਸਮ ਤੂੰ ਇਹਦਾ ਕੀ ਲੱਗਦਾ ਹੈ ਆਸਫ ਦਾ ਮੇਰਾ ਕਜ਼ਨ ਹੈ ਸਰ ਇਹ ਕਜ਼ਨ ਹੈ ਜੀ ਇਹ ਕਿਹਦਾ ਪੁੱਤਰ ਹੈ ਤੇਰੀ ਖਾਲਾ ਦਾ ਹਾਂਜੀ ਖਾਲਾ ਦਾ ਪੁੱਤਰ ਤੇਰਾ ਵੀ ਉਹ ਮਾਮਾ ਹੈ ਮੇਰਾ ਖਾਲੂ ਲੱਗਦਾ ਤੇਰਾ ਖਾਲੂ ਹੈ ਅੱਛਾ 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 ਤੇਰੇ ਨਾਲ ਰਿਸ਼ਤਾ ਹੈ ਤੈਨੂੰ ਕਹਿੰਦੇ ਫਿਰ ਖਾਲੂ ਨੇ ਡਾਕੂ ਬਣਾਇਆ ਸਾਨੂੰ ਪਹਿਲੇ ਸਾਰਾ ਟ੍ਰੇਨਿੰਗ ਦਿੰਦਾ ਰਿਹਾ ਵੀ ਪਹਿਲੇ ਖਾਕੀ ਸ਼ਾਹ ਦੇ ਮੋੜ ਤੇ ਕੀਤੀ ਸੀ ਨਾ ਕੀ ਫੌਜ 'ਚ ਚੱਲੇ ਸੀ ਤੁਸੀਂ ਜਿਹੜੀ ਤੁਹਾਨੂੰ ਟ੍ਰੇਨਿੰਗ ਨਹੀਂ ਉਹ ਸਾਰੇ ਪਹਿਲੇ ਅਸੀਂ ਡਰਦੇ ਸਨ ਨਾ ਵੀ ਪੁਲਿਸ ਇਸ ਤਰ੍ਹਾਂ ਦੇ ਫੜ ਲੈ ਗਈ ਉਹਨਾਂ ਨੇ ਆਖਿਆ ਸੀ ਨਹੀਂ ਤੁਹਾਨੂੰ ਮੈਂ ਦੱਸਣਾ ਕਿਸ ਤਰੀਕੇ ਨਾਲ ਰੋਕਣਾ ਬੰਦੇ ਨੂੰ ਸਾਨੂੰ ਸਾਈਡ ਤੇ ਖਿਲਾਰ ਕੇ ਨਾ ਤੂੰ ਜਾ ਰਿਹਾ ਸੀ ਯਕਦਮ ਉਹਨੂੰ ਇਸ਼ਾਰਾ ਕੀਤਾ ਉਹ ਖਲੋ ਗਿਆ ਉਹਦੇ ਅੱਗੇ ਆ ਕੇ ਖਲੋ ਗਿਆ ਗਨ ਪੁਆਇੰਟ ਤੇ ਉਹਨੂੰ ਗਨ ਵਿਖਾ ਕੇ ਤੇ ਖਲੋ ਗਿਆ ਉਹਨੂੰ ਆਖਿਆ ਸੀ ਥੱਲੇ ਉਤਰੀਆ ਮੋਟਰਸਾਈਕਲ ਦੇ ਦੇ ਜਿਹੜਾ ਕੁਛ ਹੈਗਾ ਸਾਰਾ ਕੁਛ ਕਰ ਦੇ ਉਹਨੇ ਸਾਰਾ ਕੁਛ ਦਿੱਕਤ ਦੇ ਦਿੱਤਾ ਸਾਰਾ ਮੋਟਰਸਾਈਕਲ ਵੀ ਦੇ ਦਿੱਤੇ ਸੀ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਇਸ ਤਰ੍ਹਾਂ ਸਾਨੂੰ ਉਹ ਜਿਹੜੀਆਂ ਵਾਰਦਾਤਾਂ ਦੇ ਸਾਰਿਆਂ ਦੇ ਨਾਲ ਹੁੰਦੇ ਸਨ ਵਾਰਦਾਤਾਂ ਦਾ ਡਾਰਕ ਔਫ ਖਤਮ ਕਰਤਾ ਸਾਡਾ ਨੇ ਤੇ ਤੇਰਾ ਅੱਬੂ ਹੈਗਾ ਹਾਂਜੀ ਕੀ ਕਰਦਾ ਰਿਸ਼ਕਾ ਚਲਾਉਂਦਾ ਰਿਕਸ਼ਾ ਚਲਾਉਂਦਾ ਤੇ ਹੁਣ ਪੜ੍ਹਦਾ ਸੀ ਤੂੰ ਕਦੀ ਮਦਰਸੇ ਪੜ੍ਹਦਾ ਮਦਰਸੇ ਪੜ੍ਹਦਾ ਰਹੇ ਤੇ ਫਿਰ ਇੱਥੇ ਅਚਾਨਕ ਫਿਰ ਬਸ ਲਾਲਚ ਲਾਲਚ ਆਈ ਹਾਂਜੀ ਪਹਿਲੇ ਕੰਮ ਕਰਦੇ ਰਹੇ ਕੀ ਕਰਨਾ ਕੀ ਚਾਹੁੰਦੇ ਸੀ ਇਸ ਪੈਸਿਆਂ ਦੇ ਨਾਲ ਜਿਹਦੇ ਨਾਲ ਕੀ ਕਰਦੇ ਸੀ ਬਸ ਉਹਨੇ ਆਖਿਆ ਵੀ ਅਮੀਰ ਹੋ ਜਾਵਾਂਗੇ ਆਪਾਂ ਸਾਰੇ ਜਣੇ ਐਵੇਂ ਪੈਸੇ ਬਣ ਜਾਣਗੇ ਆਪਣੇ ਕੋਲ ਮੋਬਾਈਲ ਮੋਟਰਸਾਈਕਲ ਅੱਛੀ ਇਸ ਤਰ੍ਹਾਂ ਚੀਜ਼ਾਂ ਬਣ ਜਾਣਗੀਆਂ ਫਿਰ ਕਿੰਨੀਆਂ ਵਾਰਦਾਤਾਂ ਕੀਤੀਆਂ ਕਮ ਸੇ ਕਮ 32-33 ਵਾਰਦਾਤਾਂ ਹੈਗੀਆਂ ਓਏ ਹੋਏ ਹੋਏ ਕਿੰਨੀ ਦੇਰ ਦੇ ਵਿੱਚ 3-4 ਮਹੀਨਿਆਂ ਦੇ ਵਿੱਚ ਬੜਾ ਰਿਕਾਰਡ ਸੀ ਅਗਰ ਨਾ ਫੜੇ ਜਾਂਦੇ ਹੁਣ ਤਾਂ ਕਿੰਨੀਆਂ ਹੋ ਜਾਣੀਆਂ ਸੀ ਤੁਹਾਡੀਆਂ ਬੜੀਆਂ ਹੋ ਜਾਣੀਆਂ ਬੜੀਆਂ ਹੋ ਜਾਣੀਆਂ ਹਾਂਜੀ ਤੇ ਕੀ ਸੋਚਿਆ ਸੀ ਹੋਰ ਕੀ ਸੋਚਦੇ ਸੀ ਵਾਰਦਾਤ ਬਸ ਇਹੀ ਸੋਚਦੇ ਸੀ ਮੋਬਾਈਲ ਅੱਛਾ ਹੋ ਜਾਏਗਾ ਮੋਟਰਸਾਈਕਲ ਅਮੀਰ ਹੋ ਜਾਵਾਂਗੇ ਅਮੀਰ ਹੋ ਜਾਵਾਂਗੇ ਹਾਂਜੀ ਬਾਕੀ ਕੁਛ ਵੀ ਨਹੀਂ ਹੁੰਦਾ ਅਮੀਰ ਬੰਦਿਆਂ ਨਾਲ ਕੀ ਹੁੰਦਾ ਜਦੋਂ ਬੰਦਾ ਅਮੀਰ ਹੋ ਜਾਂਦਾ ਬਸ ਕੁਛ ਵੀ ਨਹੀਂ ਹੁੰਦਾ ਬਾਕੀ ਉਹ ਲਾਲਚ ਫਿਰ ਲਾਲਚੇ 'ਚ ਪੈ ਗਏ ਸਨ ਨਹੀਂ ਨਹੀਂ ਦੱਸ ਨਾ ਕੋਈ ਸ਼ਾਇਦ ਲੋਕ ਵੇਖ ਰਹੇ ਹੋ ਤੇਰੀ ਤਰ੍ਹਾਂ ਦੇ ਹੋਰ ਵੀ ਤੇ ਸੋਚਦੇ ਹੋਣੇ ਡਕੈਤੀਆਂ ਕਰਨੀਆਂ ਕੁਛ ਕਰਦੇ ਵੀ ਹੁੰਦੇ ਕੀ ਅਮੀਰ ਕੀ ਹੋਣਾ ਅਮੀਰ ਹੋ ਕੇ ਕੀ ਕਰਨਾ ਪੈਸੇ ਹੁੰਦੇ ਨੇ ਉਹਨਾਂ ਕੋਲ ਪੈਸਿਆਂ ਦਾ ਕੀ ਹੁੰਦਾ ਬੰਦਾ ਅਮੀਰ ਹੋ ਜਾਂਦਾ ਨਾ ਖਾ ਪੁੱਛੇ ਹੋ ਜਾਂਦੇ ਨੇ ਬੰਦਾ ਅਸਰ ਅਮੀਰ ਹੋ ਜਾਂਦਾ ਫਿਰ ਤੁਹਾਨੂੰ ਪੁਲਿਸ ਨੇ ਫੜਿਆ ਕਹਿੰਦੇ ਪੁਲਿਸ ਨੇ ਪਹਿਲੇ ਇਹਨੂੰ ਫੜਿਆ ਤੇ ਇਹਨੇ ਫਿਰ ਸਾਨੂੰ ਫੜਾ ਦਿੱਤਾ ਸੀ ਇਸ ਤਰ੍ਹਾਂ ਕਰ ਕਰਾ ਕੇ ਫਿਰ ਸਾਡੇ ਕੋਲ 15-20 ਮੋਬਾਈਲ ਬਰਾਮਦ ਹੋਏ 2 ਮੋਟਰਸਾਈਕਲਾਂ 5 ਮੋਟਰਸਾਈਕਲਾਂ ਪਠਾਨ ਨੂੰ ਦਿੱਤੀਆਂ ਨੇ ਕਬਾੜ ਵਾਲੇ ਨੂੰ ਨਹੀਂ ਤੇ ਭੈਣ ਭਰਾ ਕਿੰਨੇ ਤੁਹਾਡੇ ਅਸੀਂ 3 ਭੈਣ ਭਰਾ ਵੱਡਾ ਤੂੰ ਹਾਂਜੀ ਛੋਟਾ ਕੀ ਕਰਦਾ ਛੋਟਾ ਨਹੀਂ ਭੈਣਾਂ ਨੇ 2 ਅੱਛਾ 2 ਭੈਣਾਂ ਤੇ ਤੇਰੇ ਭਰਾ ਹੈਗੇ ਮੇਰੀ ਇੱਕ ਮਤਲਬ ਭੈਣ ਹੈ ਤੇ 2 ਭਾਈ ਨੇ 2 ਭਾਈ ਉਹ ਛੋਟੇ ਜੀ ਉਹਨਾਂ ਨੂੰ ਵੀ ਡਾਕੂ ਬਣਾਉਣਾ ਹੈ ਨਹੀਂ ਨਹੀਂ ਸਰ ਜੀ ਬਸ ਤੂੰ ਤੇ ਵੱਡਾ ਡਾਕੂ ਹੈ ਨਹੀਂ ਮਾਮੇ ਨੂੰ ਫੜਾ ਦਿੰਦੇ ਟ੍ਰੇਨਿੰਗ ਚ ਕੀ ਸਿਖਾਉਂਦਾ ਸੀ ਮਾਮਾ
ਪਹਿਲੇ ਸਿਖਾਉਂਦਾ ਸੀ, ਪਹਿਲੇ ਅਸੀਂ ਡਰਦੇ ਸਨ ਵੀ ਨਹੀਂ ਅਸੀਂ ਨਹੀਂ ਕਰਨਾ। ਉਹ ਆਉਂਦਾ ਸੀ ਨਹੀਂ ਤੁਸੀਂ ਕੀਤਾ ਕਰੋ, ਅਸੀਂ ਉਹਨੂੰ ਆਖਦੇ ਸੀ ਨਾ ਪੁਲਿਸ ਦਾ, ਉਹ ਆਉਂਦਾ ਸੀ ਪੁਲਿਸ ਵਾਲਿਆਂ ਤੋਂ ਨਾ ਡਰਿਆ ਕਰੋ, ਪੁਲਿਸ ਵਾਲਿਆਂ ਨੇ ਮਾਫ ਕਰ ਲਾਂ ਕਰਾਂਗਾ। ਅਤੇ ਉਹ ਸਾਨੂੰ ਪਹਿਲੇ ਦੱਸਦਾ ਦੁੱਸਦਾ ਹੁੰਦਾ ਸੀ ਵੀ ਇਸ ਤਰ੍ਹਾਂ ਰੋਕਣਾ ਰੱਖਣਾ, ਗਨ ਵਿਖਾ ਕੇ ਅਤੇ ਇਸ ਤਰ੍ਹਾਂ ਕਰਨਾ ਕਰਾਉਣਾ, ਅਤੇ ਉਹ ਸਾਨੂੰ ਪਹਿਲੇ ਇਸ ਤਰ੍ਹਾਂ ਲਾਲਚ ਲਾ ਕੇ ਨਾ ਵੀ ਤੁਹਾਨੂੰ ਪੈਸੇ ਸਹੀ ਦੇ ਦਿੰਦਾ। ਲੇਕਿਨ ਜ਼ਿੰਦਗੀ 'ਤੇ ਤੁਹਾਡੀ ਰੰਗੀਨ ਹੋ ਗਈ ਹੋਏਗੀ ਡਕੈਤੀਆਂ ਕਰਕੇ। ਹਾਂਜੀ ਹੋਗੀ ਪੈਸੇ, ਹੈ ਨਾ, ਮਜ਼ਾ ਆਉਂਦਾ ਸੀ ਪੈਸੇ ਹੁੰਦੇ ਸੀ ਕੋਲ। ਹਾਂਜੀ ਹੁਣ ਕੀ ਕੈਸਾ ਮਜ਼ਾ ਆ ਰਿਹਾ? ਹੈਂ ਹੁਣ ਨਹੀਂ ਆ ਰਿਹਾ? ਫਿਰ ਇੱਥੋਂ ਛੁਡਵਾਵਾਂ ਤੁਹਾਨੂੰ ਡਕੈਤੀਆਂ ਕਰੇਗਾ? ਨਹੀਂ ਸਰ, ਹੁਣ ਨਹੀਂ ਕਰਨਾ। ਨਹੀਂ ਤੂੰ ਆਪੇ ਤਾਂ ਕਹਿੰਦਾ ਜ਼ਿੰਦਗੀ ਅੱਛੀ ਹੋ ਗਈ ਸੀ। ਨਹੀਂ ਉਦੋਂ ਹੋ ਗਈ ਸੀ ਨਾ, ਇਸ ਟਾਈਮ ਨਹੀਂ। ਕਿੰਨੀ ਉਮਰ ਹੈ ਤੇਰੀ? 15 ਕੁ ਸਾਲ ਹੈਗੀ ਸੀ। 15 ਸਾਲ ਤੇ ਕੀ ਮਦਰਸੇ ਚ ਕੀ ਪੜ੍ਹਦਾ ਸੀ? ਮਦਰਸੇ ਜਿਹਨ ਕੁਰਾਨ ਫਿਸ ਕਰਦਾ। ਕੁਰਾਨ ਪਾਕ ਚ ਕੀ ਲਿਖਿਆ? ਸੂਰਤਾਂ, ਤਲਾਵਤਾਂ, ਸਾਰੀਆਂ ਚੀਜ਼ਾਂ ਲਿਖੀਆਂ। ਹਾਂ, ਕੀ ਉਰਦੂ ਪੜ੍ਹੀ ਉਹਦੀ ਕਦੀ? ਨਹੀਂ। ਦੱਸੀ ਕਿਸੇ ਨੇ ਉਰਦੂ? ਅਰਬੀ ਪੜ੍ਹੀ ਜਾਂਦਾ ਸੀ? ਨਹੀਂ, ਮੈਂ ਨਾਜ਼ਰਾ ਕਰਦਾ ਰਹਾ। ਹੈਂ? ਨਾਜ਼ਰਾ ਕਰਦਾ ਰਹਾ। ਅੱਛਾ, ਨਹੀਂ ਕੀ ਕਹਿੰਦਾ ਕੀ ਹੈ ਕੁਰਾਨ ਪਾਕ ਦਾ ਸਬਕ? ਕੀ ਹੈ ਕੁਰਾਨ ਪਾਕ ਕੀ ਕਹਿੰਦਾ? ਨਹੀਂ ਪਤਾ ਸਰ। ਡਕੈਤੀਆਂ ਕਰੋ? ਨਹੀਂ ਸਰ। ਕੀ ਕਹਿੰਦਾ ਹੈ? ਨਹੀਂ ਪਤਾ, ਤੂੰ ਪੜ੍ਹਦਾ ਰਿਹਾ, ਤੈਨੂੰ ਪਤਾ ਹੀ ਨਹੀਂ ਕੁਰਾਨ ਪਾਕ ਕੀ ਕਹਿੰਦਾ? ਸਰ ਮੈਂ ਛੋਟਾ ਹੁੰਦਾ 8 ਸਾਲ 8 7 ਸਾਲ ਦੀ ਉਮਰ ਪੜ੍ਹਿਆ ਨਹੀਂ ਨਾ ਗੌਰ ਨਾਲ, ਐਵੇਂ ਹੀ ਬਸ ਚਲਾ ਗਿਆ, ਦਾਖਲ ਹੋ ਗਿਆ।